ਅਸਲਾਮੁਅਲੈਕੁਮ ਗੁੱਡ ਮਾਰਨਿੰਗ ਸੋਨਿਓ ਗੁੱਡ ਮਾਰਨਿੰਗ ਲੋ ਵੀ ਦੇਖੋ ਅੱਜ ਯੂਕੇ ਚਮਕ ਰਿਹਾ ਵੇ ਯੂਕੇ ਨਿਖਰਿਆ ਨਿਖਰਿਆ ਲੱਗ ਰਿਹਾ ਵੇ ਯੂਕੇ ਸੋਨਾ ਸੋਨਾ ਪਿਆ ਲੱਗਦਾ ਵੇ ਚਮਕਦਾ ਹੋਇਆ ਦਿਨ ਅੱਜ ਇੱਕ ਹੋਰ ਨਿਕਲ ਆਇਆ ਵੇ ਸੱਜਣੋ ਤੇ ਮਿੱਤਰੋ ਦੇਖ ਲਓ ਬਈ ਦਵਾਈਆਂ ਆ ਗਈਆਂ ਨੇ ਮਹੀਨੇ ਭਰ ਦੀਆਂ ਦਵਾਈਆਂ ਆਈਆਂ ਨੇ ਤੁਸੀਂ ਦੇਖੋ ਮੈਂ ਹੈਰਾਨ ਰਹਿ ਗਿਆ ਇੰਨੇ ਵੱਡੇ ਵੱਡੇ ਪੁੜੇ ਨੇ ਔਰ ਕੀ ਕਹਿੰਦੇ ਇਹ ਦੇਖੋ ਜੀ ਮੇਰੇ ਹਸਬੰਦ ਦੀਆਂ ਦਵਾਈਆਂ ਆਈਆਂ ਨੇ ਇਹ ਪੂਰੇ ਮਹੀਨੇ ਚ ਇਹਨਾਂ ਨੇ ਦਵਾਈਆਂ ਖਾਣੀਆਂ ਨੇ ਤੇ ਜਿਹੜਾ ਬੰਦਾ ਇੰਨੀਆਂ ਦਵਾਈਆਂ ਖਾਏਗਾ ਸੋਚੋ ਉਹਦੇ ਮਿਹਦੇ ਦਾ ਕਿ ਉਹਦਾ ਕੀ ਹਾਲ ਹੋਏਗਾ ਅੱਜ ਤਾਂ ਇਨਸਾਨ ਵੈਸੇ ਜਿਹੜਾ ਨਾ ਦਵਾਈਆਂ ਤੇ ਹੀ ਜ਼ਿੰਦਾ ਰਹੇ ਬਖਸ ਉਹ ਦਵਾਈ ਖਾਂਦਾ ਜਾਂਦਾ ਜ਼ਿੰਦਾ ਉਹਦੀ ਮੇਰਾ ਖਿਆਲ ਉਹ ਜ਼ਿੰਦਾ ਰਹਿਣ ਦਾ ਮਕਸਦ ਹੀ ਹੈ ਇਹ ਕਿ ਉਹਨੇ ਦਵਾਈਆਂ ਖਾਣੀਆਂ ਨੇ ਮੈਂ ਤੇ ਪੁੜੇ ਦੇਖ ਕੇ ਹੈਰਾਨ ਰਹਿ ਗਈਆਂ ਹੁਣੇ ਹੁਣੇ ਫੜਾ ਕੇ ਗਿਆ ਇੱਥੇ ਇਹ ਸਿਸਟਮ ਹੈ ਹੀ ਇਹ ਤੇ ਤੁਸੀਂ ਜਿਹੜਾ ਉਥੇ ਕਰਦੇ ਹੋ ਇੱਕ ਐਪ ਦਿੱਤੀ ਹੋਈ ਏ ਉਤੋਂ ਤੁਸੀਂ ਦਵਾਈ ਆਰਡਰ ਕਰ ਦਿੰਦੇ ਹੋ ਉਹ ਫਿਰ ਤੁਹਾਨੂੰ ਘਰ ਡਿਲੀਵਰ ਕਰ ਦਿੰਦੇ ਨੇ ਜਾਂ ਤੁਸੀਂ ਜਾ ਕੇ ਸਟੋਰ ਤੋਂ ਖੁਦ ਲੈ ਕੇ ਆ ਜਾਵੋ ਜਾਂ ਫਿਰ ਘਰ ਡਿਲੀਵਰ ਕਰ ਜਾਂਦੇ ਨੇ ਕੋਈ ਉਹਦੇ ਚਾਰजेस ਨਹੀਂ ਲੈਂਦੇ ਨੇ ਘਰ ਦੇ ਜਾਂਦੇ ਨੇ ਤੇ ਹੁਣੇ ਹੁਣ ਦੇਖ ਕੇ ਗਏ ਨੇ ਤੇ ਮੈਂ ਤਾਂ ਬਈ ਹਰਿਆਣ ਤੇ ਨਾਲ شدید ਕਿਸਮ ਦੀ ਪਰੇਸ਼ਾਨ ਹੋ ਗਈਆਂ ਕਿ ਐ ਦੇਖ ਲਓ ਵੀ ਮੈਂ ਕਿ ਤੁਹਾਨੂੰ ਹੀ ਦਿਖਾਵਾਂ ਇੰਨੀ ਦਵਾਈ ਓਏ ਹੋਏ 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 ਜਦ ਮੱਕਦਾ ਹੋਇਆ ਦਿਨ ਹੋਵੇ ਸੋਹਣੀ ਧੁੱਪ ਹੋਵੇ ਤੇ ਕੱਪੜੇ ਨਾਲ ਕੋਈ ਧੋਵੇ ਇਹ ਹੋ ਨਹੀਂ ਸਕਦਾ ਉਸ ਦਿਨ ਤੇ ਡਾਰਲਿੰਗ ਕੁਝ ਜ਼ਿਆਦਾ ਹੀ ਚਾਰਜ ਹੋ ਜਾਂਦੀ ਹੈ ਕਿ ਛੇਤੀ ਛੇਤੀ ਕੰਮ ਨਿਪਟਾ ਲਓ ਤੇ ਅਸੀਂ ਕਰ ਲਓ ਤੇ ਸੋਹਣੇ ਕੱਪੜੇ ਧੋ ਕੇ ਜਦੋਂ ਤੁਸੀਂ ਧਾਰ ਤੇ ਪਾਉਂਦੇ ਹੋ ਛੰਡ ਕੇ ਤੇ ਫਿਰ ਉਹ ਜਿਹੜਾ ਕੱਪੜਾ ਸੁੱਕਦਾ ਹੋਵੇ ਨਾ ਉਹ ਮੈਨੂੰ ਉਹ ਬਹੁਤ ਅੱਛਾ ਲੱਗਦਾ ਹਾਲਾਂਕਿ ਮਸ਼ੀਨ ਹੈਗੀ ਹੈ ਘਰ ਵਿੱਚ ਸੁਕਾਉਣ ਵਾਲੀ ਪਰ ਮੈਨੂੰ ਮਜ਼ਾ ਨਹੀਂ ਆਉਂਦਾ ਮੇਰੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਮੈਂ ਜਿਸਨ ਧੁੱਪ ਨਿਕਲੇ ਨਾ ਤੇ ਮੈਂ ਆਪਸਨ ਕੱਪੜੇ ਥੋੜਾ ਜਿਹਾ ਹਵਾ ਲੱਗ ਜਾਵੇ ਤੇ ਅਠਰ ਜਾਣ ਚਲੋ ਜੀ ਅੱਜ ਦੁਪਹਿਰ 2 ਵਜੇ ਤੱਕ ਜਿਹੜੀਆਂ ਨਾ ਧੋਪੇ ਬੜਾ ਸੁਣਾ ਦੇ ਨੇ ਹਵਾ ਹੈ ਹੀ ਨਹੀਂ ਕਿ ਬੜਾ ਮਜ਼ਾ ਆ ਰਿਹਾ ਬਾਹਰ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਹੋ ਜਾਣਾ ਜੀ ਬੜੀ ਹਵਾਵਾਂ ਤੇ ਇਸ ਚਲਨੀਆਂ ਨੇ ਅਸੀਂ ਆਪਣੀਆਂ ਬਿਨਾਂ ਪਹਿਲਾਂ ਹੀ ਇਸ ਤਰ੍ਹਾਂ ਲਟਾ ਦਿੱਤੀਆਂ ਨੇ ਕਿ ਫਿਰ ਇਹ ਨਹੀਂ ਤੇਜ਼ ਜਦੋਂ ਹਵਾ ਚੱਲਦੀ ਹੈ ਨਾ ਬਿਨਾਂ गिर ਜਾਂਦੀਆਂ ਨੇ ਅਸੀਂ ਆਪ ਹੀ ਉਹਨਾਂ ਨੂੰ ਲਟਾ ਦਿੰਦਾ ਵੇ ਕਿ ਉਹ ਬਚਾਏ ਦੇ ਕਿ ਧਸ ਧਸ ਕਰਕੇ ਗਿਰਣ ਅਸੀਂ ਇਹਨਾਂ ਨੂੰ ਪਹਿਲੇ ਹੀ ਲਟਾ ਦਈਏ ਬੜਾ شدید ਜਣਾ 2 ਵਜੇ ਤੋਂ ਬਾਅਦ ਹਵਾਵਾਂ ਸ਼ੁਰੂ ਹੋ ਜਾਣੀਆਂ ਨੇ ਤੇ ਸਾਡੀ ਕੋਸ਼ਿਸ਼ ਹੈ ਇਹ ਕੋਸ ਤੋਂ ਪਹਿਲੋ ਪਹਿਲੋ ਅਸੀਂ ਆਪਣਾ ਕੰਮ ਕਾਜ ਨਿਪਟਾ ਲਈਏ ਬਚਪਨ ਬਚਪਨ ਇਨਸਾਨ ਵਿੱਚੋਂ ਕਦੀ ਵੀ ਨਹੀਂ ਨਿਕਲਦਾ ਉਹ ਕਿਹੜਾ ਵੀ ਚਾਵੇ ਨਾ ਤੇ ਨਹੀਂ ਨਿਕਲ ਸਕਦਾ ਉਹ ਅੰਦਰ ਹੀ ਬੜਿਆ ਰਹਿੰਦਾ ਕਿਤੇ ਤੇ ਬਚਪਨ ਵਿੱਚ ਇਸ ਤਰ੍ਹਾਂ ਅਸੀਂ ਜਦੋਂ ਨਹੀਂ ਹੁੰਦਾ ਸੀ ਡੀਪ ਫਰਾਇਰ ਜਾਂ ਇਹਦੀਆਂ ਚੀਜ਼ਾਂ ਨਹੀਂ ਹੁੰਦੀਆਂ ਸਨ ਤੇ ਫਿਰ ਜਦੋਂ ਆਲੂ ਨਵੇਂ ਆਣੇ ਨਾ ਫਿਰ ਅਸੀਂ ਨਾ ਦਿਲ ਕਰਦਾ ਹੁੰਦਾ ਸੀ ਕਿਸ ਤਰ੍ਹਾਂ ਖਾਈਏ ਮਜ਼ੇ ਮਜ਼ੇ ਲੈ ਕੇ ਆਲੂ ਖਾਈਏ ਇਸ ਤਰ੍ਹਾਂ ਅਸੀਂ ਆਲੂ ਛੋਟੇ ਛੋਟੇ ਜਿਹੜੇ ਚੁੰੜਨੇ ਹੁੰਨੇ ਸਾ ਵੀ ਚੋ ਲੈ ਕੇ ਔਰ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਕੁੱਟੀ ਮਿਰਚ ਪਾ ਕੇ ਹਲਕਾ ਜਿਹਾ ਆਇਲ ਪਾ ਕੇ ਨਾ ਇਹਨੂੰ ਹਿਲਾ ਦੇਣੇ ਹੁੰਨੇ ਸਾ ਇਸ ਤਰ੍ਹਾਂ ਕੜਾਈ ਵਿੱਚ ਪਾ ਕੇ ਜਿਆਦਾ ਸਾਰੇ ਹੁੰਦੇ ਸਨ ਜਾਰੇ ਉਦੋਂ ਲੋਕ ਜਿਆਦਾ ਹੁੰਦੇ ਸਨ ਨਾ ਤੇ ਜਿਆਦਾ ਸਾਰੇ ਲੋਕ ਹੁੰਦੇ ਸਨ ਇਸਾ ਕਰਕੇ ਇਹਨੂੰ ਹਿਲਾ ਕੇ ਨਮਕ ਪਾ ਕੇ ਕੁੱਟੀ ਮਿਰਚ ਤੇ ਅਸੀਂ ਫਿਰ ਚੁੱਲੇ ਤੇ ਹਲਕੀ ਅੱਗ ਤੇ ਰੱਖਦੇ ਹੁੰਨੇ ਸਾ ਪਾਣੀ ਕੁਛ ਨਹੀਂ ਪਾਣਾ ਬਸ ਇੰਨੀ ਹਲਕੀ ਅੱਗ ਰੱਖਣੀ ਹੈ ਕਿ ਇਹਦੇ ਵਿੱਚ ਹੀ ਆਲੂ ਗਲ ਜਾਂਦੇ ਨੇ ਅੱਜ ਮੈਂ ਸੋਚਿਆ ਕਿ ਮੇਰੇ ਬੜੇ ਦਿਨ ਤੋਂ ਦਿਲ ਕਰ ਰਿਹਾ ਸੀ ਕਿ ਮੈਂ ਇਹ ਵਾਲੇ ਆਲੂ ਬਣਾਵਾਂ ਤੇ ਮੈਂ ਅੱਜ ਇਹਨੂੰ ਹੁਣ ਰੱਖਾਂਗੀ ਹਲਕੀ ਅੱਗ ਤੇ ਤੇ ਫਿਰ ਤਿਆਰ ਹੋਣਗੇ ਤੇ ਤੁਹਾਨੂੰ ਦਿਖਾਵਾਂਗੀ ਚੁੱਲੇ ਤੇ ਸੀ ਰੱਖ ਦਿੱਤਾ ਵੀ ਔਰ ਬਿਲਕੁਲ ਮਸਲੂਆ ਕਰ ਦਵਾਂਗੀ ਬਿਲਕੁਲ ਮੱਠੀ ਤੇ ਨਾਲ ਸਾਡੇ ਪੱਕ ਰਿਹਾ ਜੀ ਬੱਕਰੇ ਦਾ گوشਤ ਅੱਜ ਮੈਂ ਸ਼ੋਰਬਾ ਬਣਾਵਾਂਗੀ ਬੱਕਰੇ ਦਾ گوشਤ ਆ ਹਾਂਡੀ ਮੈਂ ਚੜਾ ਦੇਤੀ ਦਿਨ ਬੜਾ ਚੰਗਾ ਵੇ ਨਾ ਤੇ ਅੱਜ ਕੰਮ ਕਰਨ ਦਾ ਵੀ ਬੜਾ ਮਜ਼ਾ ਆਂਦਾ ਵੀ ਕਿ ਚੰਗਾ ਲੱਗ ਰਿਹਾ ਹੈ ਖਿਲਿਆ ਖਿਲਿਆ ਦਿਨ ਤੇ ਤੁਸੀਂ ਤਬੀਅਤ ਵੀ ਤੁਹਾਡੀ ਬੜੀ ਅੱਛੀ ਲੱਗਦੀ ਹੈ ਤੇ ਚਲੋ ਜੀ ਅਸੀਂ ਹੁਣ گوشਤ ਵੀ ਪੁੰਨਾਂਗੇ ਤੇ ਨਾਲ ਅਸੀਂ ਹਲਕੀ ਆਗ ਤੇ ਇਹ ਰੱਖ ਦਿੱਤਾ ਵੇ ਟੋਪ ਦਾ ਫਾਇਦਾ ਚੁੱਕਿਆ ਤੇ ਮੈਂ ਸੋਚਿਆ ਮੈਂ ਜ਼ਰਾ ਅੱਗੇ ਤੱਕ ਇੱਕ ਚੱਕਰ ਲਾ ਕੇ ਆ ਜਾਵਾਂ ਬੜਾ ਅੱਛਾ ਦਿਨ ਹੈ ऐसे दिन जड़े ना बहुत ਘਟ ਨਿਕਲਦੇ ਨੇ ਕਿ ਜਦੋਂ ਹਵਾ ਨਾਲ ਨਹੀਂ ਹੁੰਦੀ ਪਰ ਨਾ ਧੁੱਪ ਅਗਰ ਨਿਕਲ ਵੀ ਆਵੇ ਇੰਨੀ ਠੰਡੀ ਹਵਾ ਆਉਂਦੀ ਅੱਜ ਦਿਨ ਬੜਾ ਚੰਗਾ ਵੇ ਲੇਕਿਨ ਉਸ ਤੋਂ ਬਾਅਦ ਬਈ ਬੜੀਆਂ ਤੇਜ਼ ਹਵਾਵਾਂ ਚੱਲ ਜਾਣੀਆਂ ਨੇ ਤੇ ਇਸ ਤੋਂ ਪਹਿਲੇ ਪਹਿਲੇ ਮੈਂ ਖਜ਼ਰਾਕ ਮੈਂ ਉੱਥੇ ਤੱਕ ਚੱਕਰ ਲਾ ਕੇ ਆ ਜਾਵਾਂ ਮੈਨੂੰ ਚੰਗਾ ਲੱਗਦਾ ਵੇ ਕਿ ਬਾਹਰ ਨਿਕਲਣਾ ਅੱਛਾ ਲੱਗਦੇ ਆਵੇ ਤੇ ਨਾਇਆਬ ਜ਼ਮਾਨਿਆਂ ਦੇ ਹਵਾਲੇ ਨਾਲ ਉਸਮਾਨੇ ਕੀ ਲਿਖਿਆ ਉਜ਼ਮਨ ਲਿਖਿਆ ਕਿ ਜਦੋਂ ਬੱਚਾ ਹੁੰਦਾ ਸੀ ਫਿਰ ਨਾਲ ਇੱਕ ਛੋਟਾ ਜਿਹਾ ਬਿਸਤਰਾ ਵੀ ਛਿਲਾਕ ਕਰਕੇ ਬੱਚੀ ਜਾਂਦੀ ਸੀ ਤੇ ਛੋਟਾ ਜਿਹਾ ਬਿਸਤਰਾ ਵੀ ਦਿੱਤਾ ਜਾਂਦਾ ਸੀ ਤੇ ਬਿਲਕੁਲ ਠੀਕ ਲਿਖਿਆ ਉਸਮਾਨ ਤੁਸੀਂ ਕਿ ਛੋਟਾ ਜਿਹਾ ਬਿਸਤਰਾ ਵੀ ਦਿੱਤਾ ਜਾਂਦਾ ਸੀ ਤੇ ਫਿਰ ਨਾ ਰਜ਼ਾਈ ਛੋਟੀ ਜੀ ਰਜ਼ਾਈ ਔਰ ਬਾਸ ਲੋਕ ਛੋਟੀ ਜੀ ਮੰਜੀ ਵੀ ਦਿੰਦੇ ਹੁੰਦੇ ਸਨ ਬੱਚੇ ਵਾਸਤੇ ਛੋਟੀ ਜੀ ਮੰਜੀ ਬਣਦੀ ਹੁੰਦੀ ਸੀ ਉਰੇ ਤੇ ਮੇਰਾ ਸਾਹ ਫੁੱਲਣਾ ਵੇ ਦੱਸੋ ਚੜਾਈ ਹੁਣ ਮੈਂ ਚੜਦੀ ਜਾ ਰਹੀ ਆ ਮੈਨੂੰ ਕਿਨੇ ਕਿਹਾ ਸੀ ਕਿ ਹਕੀਮ ਨੇ مشਵਰਾ ਦਿੱਤਾ ਸੀ ਕਿ ਤੂੰ ਬਾਹਰ ਨਿਕਲ ਓਏ ਹੋਏ ਹੋਏ ਕਿਉਂਕਿ ਚੜਾਈ ਹੈ ਨਾ ਤੇ ਚੜਾਈ ਤੇ ਚੜਨਾ ਜ਼ਰਾ ਮੁਸ਼ਕਲ ਹੈ ਤੇ ਬਸ ਅਸੀਂ ਬਾਜ਼ ਨਹੀਂ ਆਂਦੇ ਹਕੀਮ ਹਰਾਨੇ ਆਖਿਆ ਦਾਲ ਫੁਲਕਾ ਖਾਣਾ ਖਾ ਬੈਠੀ ਹਕੀਮ ਜੀ ਮੈਂ ਗੋਬੀ گوشਤ ਬੰਦ ਹੋ ਗਈ ਹਕੀਮ ਜੀ ਮੈਂ ਅੱਗੇ ਨਾਲ ਉਹ ਤੰਗ ਤੇ ਹੋ ਗਈ ਹਕੀਮ ਜੀ ਮੈਂ ਅੱਗੇ ਨਾਲ ਤੰਗ ਓਏ ਹੋਏ 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 ਤੇ ਉਹ ਛੋਟੀ ਜੀ ਮੰਜੀ ਵੀ ਦਿੱਤੀ ਜਾਂਦੀ ਸੀ ਉਹ ਬੱਚੇ ਵਾਸਤੇ ਫਿਰ ਇੱਕ بڑا ਹੁੰਦਾ ਸੀ ਕਿ ਬੱਚੇ ਨੂੰ ਛੋਟਾ ਬਿਸਤਰਾ ਛੋਟੀ ਮੰਜੀ ਤੇ ਉਹ ਬੱਚੇ ਦੇ ਮਖਸੂਸ ਹੁੰਦਾ ਸੀ ਚਲੋ ਮੰਜੀ ਕਿਸੇ ਨੇ ਨਹੀਂ ਵੀ ਦਿੱਤੀ ਨਾ ਤੇ ਲੈ ਕੇ ਬਿਸਤਰਾ ਜ਼ਰੂਰ ਹੰਦਾ ਸੀ ਛੋਟੀ ਜੀ ਰਜ਼ਾਈ ਛੋਟਾ ਜਿਹਾ ਸਰਾਣਾ ਤੇ ਮੇਰੇ ਵੀ ਬੱਚੇ ਜਦੋਂ ਹੋਏ ਮੇਰੀ ਅੰਮੀ ਨੇ ਬਣਾ ਕੇ ਆਪਣੇ ਹੱਥਾਂ ਨਾਲ ਸ਼ਨੀਲ ਦੀ ਰਜ਼ਾਈ ਨਾ ਛੋਟੀ ਜੀ ਜਾਮਨੀ ਰੰਗ ਦੀ ਸ਼ਨੀਲ اور ਬਣਾ ਕੇ ਦਿੱਤੀ ਸੀ ਮੇਰੇ ਬੱਚਿਆਂ ਨੇ ਸਾਰਿਆਂ ਨੇ ਇਸਤੇਮਾਲ ਕੀਤੀ ਤੇ ਇਸ ਤਰ੍ਹਾਂ ਬੜਾ ਪਿਆਰੀਆਂ ਸਾਡੀਆਂ ਸਮਝੋ ਕਿ ਰਸਮਾਂ ਕਹਿ ਲਵੋ ਇਹ ਚੀਜ਼ਾਂ ਬਹੁਤ ਚੰਗਾ ਲੱਗਦਾ ਸੀ ਕਿ ਦੇਖੋ ਲੈਂਡ ਦਾ ਕੋਈ ਪੁਖਾ ਨਹੀਂ ਹੁੰਦਾ ਪਰ ਐਵੇਂ ਕਿ ਇਹ ਮੁਹੱਬਤ ਹੁੰਦੀ ਹੈ ਜਿਹੜੇ ਫਿਰ ਆਪਣੇ ਔਲਾਦ ਦੇ ਨਾਲ ਫਿਰ ਮਾਪੇ ਐਂ ਤੱਕ ਕਰਦੇ ਨੇ ਬੱਚਿਆਂ ਭਾਵੇਂ ਆਪਣੇ ਘਰ ਖੁਸ਼ਹਾਲ ਵੀ ਹੋਣ ਪਰ ਫਿਰ ਵੀ ਮਾਪੇ ਉਹਦਾ ਦਿਲ ਕਰਦਾ ਵੇ ਕਿ ਅਸੀਂ ਉਹਨਾਂ ਨੂੰ ਕੁਝ ਚਾਹੀਏ ਤੇ ਉਹ ਕੀ ਕਹਿੰਦੇ ਨੇ ਇਸ ਤਰ੍ਹਾਂ ਫਿਰ ਬੜਾ ਚੰਗਾ ਲੱਗਦਾ ਸੀ ਬਿਸਤਰਾ ਵੀ ਦੇਣਾ ਬੱਚਿਆਂ ਨੂੰ ਤੇ ਬੱਚਿਆਂ ਨੂੰ ਝੂਲਾ ਪੰਘੂੜਾ ਪੰਗੂੜਾ ਬੱਚਿਆਂ ਨੂੰ ਬਾਜ਼ ਲੋਕ ਦੇਂਦੇ ਹੁੰਦੇ ਸਨ ਤੇ ਜੇ ਨਾਨਕਿਆਂ ਨੇ ਨਹੀਂ ਵੀ ਦਿੱਤਾ ਤੇ ਵੀ ਦਾਦਕਿਆਂ ਨੇ ਲੈ ਲੜਾਵੇਂ ਪੰਗੂੜਾ ਬਹੁਤ ਜ਼ਰੂਰੀ ਹੁੰਦਾ ਸੀ ਬੱਚਿਆਂ ਵਾਸਤੇ ਅੱਜ ਕੱਲ੍ਹ ਹੋਰ ਤਰ੍ਹਾਂ ਦੇ ਪੰਗੂੜੇ ਆ ਗਏ ਨੇ ਕਿ ਜਿਹੜੇ ਇਲੈਕਟ੍ਰਿਕ ਨੇ ਉਹਨਾਂ 'ਚ ਚਾਰਜ ਕਰੋ ਹਿਲਦੇ ਨੇ ਬੱਚਿਆਂ ਨੂੰ ਇਸ ਤਰ੍ਹਾਂ ਕਰਦੇ ਨੇ ਪਰ ਉਸ ਜ਼ਬਾਨਿਆਂ ਵਿੱਚ ਜਿਹੜਾ ਨਾ ਇਸ ਤਰ੍ਹਾਂ ਉਹ ਲੱਕੜ ਦਾ ਹੁੰਦਾ ਸੀ ਝੂਲਾ ਤੇ ਪੰਗੂੜਾ ਵੀ ਕਹਿੰਦੇ ਸਨ ਤੇ ਉਹਨੂੰ ਝੂਲਾ ਵੀ ਕਹਿਣਾ ਤੇ ਉਹ ਫਿਰ ਜਿੱਥੇ ਬੱਚੇ ਨੇ ਹੁਣਾ ਬਰਾਂਡੇ 'ਚ ਬੈਠੇ ਆਂ ਤੇ ਬਰਾਂਡੇ 'ਚ ਉਹ ਖਿੱਚ ਲੈਣਾ ਜੇ ਬਾਹਰ ਵਿਹੜੇ 'ਚ ਧੁੱਪ ਲੱਗ ਰਹੀ ਹੈ ਬੱਚੇ ਨੂੰ ਸੋਣਾ ਨਵਾ ਕੇ ਕਰਕੇ ਤੇ ਬੱਚੇ ਨੂੰ ਫਿਰ ਉਹਦੇ ਵਿੱਚ ਪਾ ਦਿੱਤਾ ਜਾਂਦਾ ਸੀ ਤੇ ਬੱਚਾ ਕੀ ਕਹਿੰਦੇ ਨੇ ਉਹ ਫਿਰ ਉਹਦੇ 'ਚ ਸੁੱਤਾ ਰਹਿੰਦਾ ਸੀ ਤੇ ਧੁੱਪ ਵੀ ਮਿਲਦੀ ਰਹਿੰਦੀ ਸੀ ਰਾਤ ਨੂੰ ਉਹਨੂੰ ਅੰਦਰ ਕਰ ਲੈਣਾ ਧੀ ਇਸ ਤਰ੍ਹਾਂ ਫਿਰ ਉਹ ਪੰਗੂੜਾ ਬਹੁਤ ਜ਼ਰੂਰੀ ਹੁੰਦਾ ਸੀ ਬੱਚਿਆਂ ਵਾਸਤੇ ਤੇ ਜੀ ਪੰਗੂੜਾ ਨਹੀਂ ਲੈ ਸਕੇ ਕਿਸੇ ਦੀ ਇੱਸਤਾਤ ਨਹੀਂ ਜਾਂ ਨਜ਼ਦੀਕਤ ਨਹੀਂ ਜਾਂ ਨਹੀਂ ਤੇ ਬੱਚੇ ਨੂੰ ਫੇ ਲਟਾਣ ਵਾਸਤੇ ਬੱਚੇ ਨੂੰ ਸੁਆਣ ਵਾਸਤੇ ਝਲੂੰਗੀ ਵੀ ਕਹਿੰਦੇ ਸਨ ਉਹਨੂੰ ਓਏ ਹੋਏ ਹੋਏ ਤੋਬਾ ਤੋਬਾ ਲਾ ਮਾਫੀ ਪਸੀਨੇ ਦਾ ਹਾਲ ਦੇਖੋ ਮੇਰੇ ਤੇ ਉਹਨੂੰ ਝਲੂੰਗੀ ਵੀ ਕਹਿੰਦੇ ਸਨ ਤੇ ਚੱਲੀ ਵੀ ਕਿਹਾ ਜਾਂਦਾ ਸੀ مختلف ਇਲਾਕਿਆਂ 'ਚ مختلف ਨਾਂ ਨੇ ਉਹਦੇ ਹੋ ਸਕਦਾ ਕਿਤੇ ਕੁਝ ਹੋਰ ਕਹਿੰਦੇ ਹੋਣ ਕਿ ਸਾਡੇ ਇਲਾਕਿਆਂ 'ਤੇ ਚੱਲੀ ਵੀ ਕਿਹਾ ਜਾਂਦਾ ਸੀ ਚਲੂੰਗੀ ਵੀ ਉਹ ਬੱਚਾ ਇੱਕ ਮਜ਼ਬੂਤੀ ਚਾਦਾ ਦਾ ਟੁਕੜਾ ਲੈ ਕੇ ਉਹ ਫਿਰ ਮੰਜੀ ਦੇ ਜਿਹੜਾ ਨਾ ਬਨ ਲਿਆ ਜਾਂਦਾ ਸੀ ਮੰਜੀ ਦੇ ਨਾਲ ਤੇ ਉਹ ਫੇਰ ਇਧਰੋਂ ਗੰਡ ਮਾਰ ਲੈਣੀ ਇਧਰੋਂ ਉਹਦੇ ਵਿੱਚ ਬੱਚੇ ਨੂੰ ਪਾ ਦੇਣਾ ਤੇ ਉਹਦੇ ਵਿੱਚ ਬੱਚੇ ਨੂੰ ਪਾ ਕੇ ਇਥੇ ਚਲੋ ਜੀ ਹਲਾਈ ਜਾਣਾ ਬੱਚੇ ਨੂੰ ਐਸਾ ਲੱਗਣਾ ਉਹ ਇਸ ਛੇਪ ਵਿੱਚ ਆ ਜਾਂਦਾ ਕਿ ਜਿਵੇਂ ਮੈਂ ਝੋਲੀ ਵਿੱਚ ਹੀ ਪਿਆਵਾ ਕਿ ਉਹ ਚਲੋ ਜੀ ਬੱਚਾ ਫੇਰ ਉਹਦੇ ਵਿੱਚ ਸੁੱਤਾ ਰਹਿੰਦਾ ਸੀ ਮਜ਼ੇਦ ਨਾਲ ਮਜ਼ੇਦ ਨਾਲ ਸੁੱਤਾ ਰਹਿੰਦਾ ਸੀ ਕਿ ਉਹ ਬੜਾ ਜਿਹੜਾ ਨਾ ਉਹਨੂੰ ਬੜਾ ਮਾਪਿਆਂ ਨੂੰ ਸੁਕੂਨ ਹੁੰਦਾ ਸੀ ਮਾਵਾਂ ਨੂੰ ਕਿ ਚਲੋ ਵੀ ਬੱਚਾ ਸੁੱਤਾ ਹੋਇਆ ਨਿੱਗਾ ਨਿੱਗਾ ਤੇ ਅਸੀਂ ਕੀ ਕਹਿੰਦੇ ਨੇ ਕੰਮ ਕਰ ਲਈਏ ਤੇ ਬੱਚਾ ਵੀ ਖੂਬ ਸੌਂਦਾ ਸੀ ਉਸ ਜ਼ਮਾਨੇ ਦੇ ਬੱਚੇ ਵੀ ਮੈਂ ਕਹਿਨੀ ਹਾਂ ਕਿ ਇੰਨੇ ਚੰਗੇ ਬੱਚੇ ਸਨ ਮੈਂ ਹੈਰਾਨ ਹੋ ਨੀਆਂ ਉਹਨਾਂ ਬੱਚਿਆਂ ਤੋਂ ਕਿ ਉਸ ਜ਼ਮਾਨੇ ਦੇ ਬੱਚੇ ਕਿੰਨੇ ਅੱਛੇ ਸਨ ਤੇ ਜਿਹੜਾ ਨਾ ਇਹ ਮੋਬੀਨਾ ਦਾ ਘਰ ਆਇਆ ਸਾਹਮਣੇ ਮੈਂ ਜ਼ਰਾ ਮੋਬੀਨਾ ਨੂੰ ਇੱਕ ਗੱਲ ਵੀ ਕਹਿਣੀ ਹੈ ਤੇ ਮੈਂ ਅੱਛਾ ਚਲੋ ਵਾਪਸੀ ਤੇ ਕਹਿਣੀ ਆ ਤੇ ਇਹ ਹੁਮਾ ਦਾ ਵੀ ਘਰ ਆ ਗਿਆ ਵੇ ਹੁਮਾ ਗਏ ਨੇ ਅਸੀਂ ਮਿਲਣ ਵਾਸਤੇ ਆਏ ਸਾਂ ਪਰਸੋ ਹੁਮਾ ਉਮਰਤੇ ਗਏ ਨੇ ਮਾਸ਼ਾਅੱਲਾ ਉਮਰਾ ਉਮਰਾ ਕਰਨ ਗਏ ਨੇ ਪੂਰੀ ਫੈਮਿਲੀ ਅੱਲਾ ਪਾਕ ਉਹਨਾਂ ਦੇ ਉਹਨਾਂ ਨੂੰ ਕਬੂਲ ਫਰਮਾਵੇ ਉਹਨਾਂ ਦੀ ਬਾਤਾਂ ਨੂੰ ਸਾਰੀ ਫੈਮਿਲੀ ਗਈ ਏ ਅਸੀਂ ਅਪਰਸੋ ਸ਼ਾਮ ਨੂੰ ਇਹਨਾਂ ਨੂੰ ਆ ਕੇ ਮਿਲ ਕੇ ਗਏ ਸੀ ਹੁਣ ਇਨਸ਼ਾਅੱਲਾ ਵਾਪਸ ਆਣਗੇ ਤੇ ਫਿਰ ਮਿਲਾਂਗੇ ਤੇ ਐਸਾ ਕੈਟੋ ਇੱਕ ਨਜ਼ਰ ਆ ਗਈ ਏ ਕੈਟੋ ਕਿੰਨੀ ਪਿਆਰੀ ਲੱਗ ਰਹੀ ਏ ਦਿਖਾਨੀ ਏ ਤੁਹਾਨੂੰ ਮੈਂ ਹੈਲੋ 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 ਗੇਟੋ ਅਜਾ ਖਾਣਾ ਵੇਖ ਦਪਾਇਆ ਗਿਆ ਸ਼ਾਦਨੂ ਇਥੇ ਤੇ ਖਾ ਰਹੀ ਏ ਹੈਲੋ ਮਿਓ ਮਿਓ ਅਲਨ ਨੇ ਨਹੀਂ ਡਿਸਟਰਬ ਕਰ ਦਿੱਤਾ ਮੈਨੂੰ ਵਿਚਾਰੀ ਨੂੰ ਕਾਣਾ ਖਾ ਰਹੀ ਏ ਓਏ ਹੋਏ ਹੋਏ ਲਾ ਮਾਫ ਕਰੇ ਮੈਂ ਉਹਨੂੰ ਡਿਸਟਰਬ ਕਰ ਦਿੱਤਾ ਉਹ ਇੱਧਰ ਹੋ ਗਈ ਹੈ ਉਹ ਕਹਿੰਦੀ ਹੈਗੀ ਇਹ ਕੋਨ ਮਸੀਬਤ ਆ ਕੇ ਖੜੀ ਹੋ ਗਈ ਹੈ ਤੇ ਇਸ ਤਰ੍ਹਾਂ ਚਲੂੰਗੀ ਵੀ ਬੰਨੀ ਜਾਂਦੀ ਸੀ ਬੱਚਿਆਂ ਨੇ ਆਰਾਮ ਨਾਲ ਸੌਂ ਜਾਣਾ ਤੇ ਸਭ ਕੁਝ ਕਰਨਾ ਬੜੇ ਅੱਛੇ-ਅੱਛੇ ਤੁਹਾਡੇ ਕਮੈਂਟ ਆਏ ਨੇ ਪਰ ਅੱਜ ਮੇਰੀ ਟੈਬਲੇਟ ਘਾਰੇ ਇਨਸ਼ਾ ਅੱਲਾ ਕੱਲ੍ਹ ਅਸੀ ਫਿਰ ਉਹਨਾਂ ਦੇ ਹਵਾਲੇ ਨਾਲ ਗੱਲ ਕਰਾਂਗੇ ਤੇ ਸ਼ਬੀਰ हुसैन ਸਾਹਿਬ ਨੇ ਕਿਹਾ ਕਿ ਹੋਏ ਹੋਏ ਇਸ ਤਰ੍ਹਾਂ ਵਿਆਹ ਹੁੰਦੇ ਸਨ ਬਈ ਚੰਗਾ ਹੀ ਉਹ ਜ਼ਮਾਨਾ ਲੰਘ ਗਿਆ ਤੇ ਅਸੀਂ ਜਿਹੜਾ ਨਾ ਉਸ ਜ਼ਮਾਨੇ ਵਿੱਚ ਨਹੀਂ ਸਕੇ ਇਸ ਤਰ੍ਹਾਂ ਬਦੋ ਬਦੀ ਵਾਲੇ ਵਿਆਹ ਹੋ ਜਾਂਦੇ ਹੁੰਦੇ ਸਨ ਬਦੋ ਬਦੀ ਮੱਲੋ ਮੱਲੀ ਤੇ ਉਸ ਤਰ੍ਹਾਂ ਦੇ ਵਿਆਹ ਹੋ ਜਾਂਦੇ ਸਨ ਕਿ ਬੱਚਿਆਂ ਨੂੰ ਖਬਰ ਵੀ ਨਹੀਂ ਹੁੰਦੀ ਸੀ ਔਰ ਕੋਈ ਅੱਗੋ ਚੂਹ ਨਹੀਂ ਕਰਦਾ ਸੀ ਸਾਡੇ ਦਾਦਾ ਜੀ ਦਾ ਇੰਨਾ ਰੋਬ ਸੀ ਮਤਲਬ ਅਸੀਂ ਬਹੁਤ ਛੋਟੇ ਹੁੰਦੇ ਮਤਲਬ ਉਹਨਾਂ ਦੇਖਿਆ ਮੈਂ ਆਪਣੇ حقیقی ਦਾਦਾ ਨੂੰ ਤੇ ਅਸੀਂ ਦੇਖਿਆ ਨਹੀਂ ਕਿ ਸਾਡੇ ਅੱਬੂ ਹੋਰੀ ਛੋਟੇ ਸਨ ਫੌਤ ਹੋ ਗਏ ਸਨ ਤੇ ਮੇਰੇ ਜਿਹੜੇ ਅੱਬੂ ਦੇ ਚਾਚਾ ਜੀ ਸਨ ਉਈ ਸਾਡੇ ਦਾਦਾ ਜੀ ਸਾਂ ਉਹਨਾਂ ਨੇ ਫੇ ਭਰਾ ਦੇ ਬੱਚਿਆਂ ਨੂੰ ਵੀ ਨਾਲ ਰੱਖਿਆ ਆਪਣੇ ਬੱਚਿਆਂ ਨੂੰ ਵੀ ਬੜਾ ਵੱਡਾ ਕੁੰਬਾ ਸੀ ਭਰਾ ਦੇ ਵੀ ਬੱਚੇ ਬੇਵਾ ਪਾਪੀ ਨਾਲ ਕੀ ਕਹਿੰਦੇ ਆਪਣੇ ਬੱਚੇ ਸਭ ਕੁਝ ਨਾ ਬੜਾ ਕੁੰਬਾ ਔਰ ਉਹ ਬਾਬਾ ਜੀ ਉਹਨਾਂ ਨੂੰ ਸਾਰੇ ਕਹਿੰਦੇ ਸਨ ਉਹ ਅਬੂਹਰੀ ਦੇ ਚਾਚਾ ਜੀ ਕਹਿੰਦੇ ਸਨ ਅਸੀਂ ਹੀ ਬਾਬਾ ਜੀ ਕਹਿੰਦੇ ਹੁੰਦੇ ਸਾਂ ਤੇ ਉਹਨਾਂ ਦਾ ਇੰਨਾ ਰੋਪ ਸੀ ਜਦੋਂ ਸਿਆਲਕੋਟ ਜਾਣਾ ਉਹਨਾਂ ਦੇ ਹੱਥੋਂ ਹੁੰਦਾ ਸੀ ਖੋਂਡਾ ਉਹਨਾਂ ਦੀ ਸ਼ਖਸੀਅਤ ਕੁਛ ਐਸੀ ਸੀ ਪਿਆਰ ਵੀ ਕਰਦੇ ਸਨ ਪਰ ਸਾਰੇ ਬਾਬਾ ਜੀ ਕੋ ਡਰਦੇ ਸਨ ਉਹਨਾਂ ਦਾ ਹੁਕਮ ਹੀ ਮੰਨਿਆ ਜਾਂਦਾ ਸੀ ਜਿਹੜਾ ਵੀ ਉਹਨਾਂ ਨੇ ਗੱਲ ਕਹਿ ਦੇਣੀ ਹੈ ਸਭ ਕਿਸੇ ਨੇ ਕਿਤੇ ਜਾਣਾ ਵੇ ਕਿਸੇ ਦੇ ਆਣਾ ਵੇ ਕੁਛ ਏ ਉਹਨਾਂ ਕੋ ਪੁੱਛ ਕੇ ਹਰ ਕੰਮ ਹੁੰਦਾ ਸੀ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਸੀ ਤਾਂ ਦੇਖੋ ਕੈਸੇ ਜ਼ਮਾਨੇ ਸਨ ਕਿ ਬੜਿਆਂ ਦੇ ਕਿੰਨੇ ਰੋਬ ਹੁੰਦੇ ਸਨ ਕਿੰਨਾ ਰੋਪ ਔਰ ਦਬਦਬਾ ਹੁੰਦਾ ਸੀ ਬੜਿਆਂ ਦਾ ਇਸ ਤਰ੍ਹਾਂ ਕਿ ਕਹਿੰਦੇ ਨੇ ਹੁਣ ਉਹ ਜ਼ਮਾਨੇ ਨਹੀਂ ਨੇ ਹੁਣ ਬੱਚੇ ਕਹਿੰਦੇ ਨੇ ਸਾਡੀ ਜ਼ਿੰਦਗੀ ਏ ਸਾਡੀ ਮਰਜ਼ੀ ਹਮਾਰਾ ਜਿਸਮ ਹਮਾਰੀ ਮਰਜ਼ੀ ਤੁਸੀਂ ਕੋਣੋਂ ਤੇ ਹੋਇਸ ਕਹਿਣ ਵਾਲੇ ਐਸੇ ਜ਼ਮਾਨੇ ਆ ਗਏ ਨੇ ਤੁਰ ਵੀ ਵਾਪਸ ਮੁੜਾ ਪਿਛਾ ਮੁੜਵੇ ਢੋਲਾ ਤੇਰੀ ਲੋੜ ਪੈ ਗਈ ਪਿੱਛੇ ਕੰਮ ਸਾਰੇ ਪੇਰੇ ਤੇ ਮੈਂ ਕੀ ਕਹਿੰਦੇ ਅੱਗੇ ਅੱਗੇ ਟੁੱਟੀ ਜਾਂਦੀ ਪਈਆਂ ਤੇ ਇਸ ਤਰ੍ਹਾਂ ਉਸ ਜ਼ਮਾਨੇ ਇਸ ਤਰ੍ਹਾਂ ਦੇ ਸਾਨੂੰ ਯਕੀਨ ਮੰਨੋ ਕਿ ਇਹਦੇ ਅੱਛੇ ਜ਼ਮਾਨੇ ਕਿ ਬਿਆਨ ਨਹੀਂ ਕੀਤੇ ਜਾ ਸਕਦੇ ਕਿ ਬੜਿਆਂ ਦਾ ਰੂਪ ਹੁੰਦਾ ਸੀ ਉਹਨਾਂ ਕੋ ਇਜਾਜ਼ਤ ਲੈ ਕੇ ਕਿਸੇ ਨੂੰ ਦੇਣਾ ਲੈਣਾ ਕਰਨਾ ਵੀ ਕਿਸੇ ਨੂੰ ਮਿਲਣਾ ਵਰਤਣਾ ਵਿੱਚ ਕਿਤੇ ਜਾਣਾ ਵਿੱਚ ਕਿਤੇ ਆਣਾ ਵਿੱਚ ਵੱਡਿਆਂ ਦੀ ਜਾਸਤ ਤੋਂ ਬਗੈਰ ਪੱਤਾ ਨਹੀਂ ਹਿਲਦਾ ਸੀ ਇੰਨਾ ਅਦਬ ਇੱਜ਼ਤ ਰਾਮ ਹੁੰਦਾ ਸੀ ਅੱਜ ਕੱਲ ਜਿਹੜਾ ਇੰਨਾ ਯਕਸਰ ਬਦਲ ਗਿਆ ਕਹਿੰਦੇ ਨੇ ਅਸੀਂ ਕਿਉਂ ਕਿਸੇ ਕੋਲੋਂ ਪੁੱਛੀਏ ਅਸੀਂ ਅਸੀਂ ਤਾਂ ਖੁਦ ਦੀ ਪ੍ਰਧਾਨ ਮੰਤਰੀਆਂ ਅਸੀਂ ਕਿਸੇ ਕੋਲੋਂ ਕਿਉਂ ਪੁੱਛੀਏ ਤੇ ਬੱਚੇ ਨਹੀਂ ਪੁੱਛਦੇ ਨੇ ਤੇ ਇਸ ਤਰ੍ਹਾਂ ਉਹ ਜ਼ਮਾਨੇ ਜਿਹੜੇ ਨੇ ਨਾਇਾਬ ਹੋ ਗਏ ਤੇਜ ਉਸ ਬੰਨੇ ਵੀ ਇਸ حوالے ਨਾਲ ਬਿਸਤਰ ਦੇ حوالے ਨਾਲ ਗੱਲ ਕੀਤੀ ਸ਼ਬੀਰ ਹੁਸੈਨ ਨੇ ਤੇ ਤੋਬਾ ਕੀਤੀ ਬਈ ਉਹ ਜਿਹੜੇ ਵਿਆਹ ਜਿਹੜੇ ਸਨ ਨਾ ਉਤੋਂ ਤੇ ਤੋਬਾ ਹੀ ਭਲੀ ਤੇ ਜਿਹੜੇ ਨਾ ਨਾਹੀਦ ਨੇ ਲਿਖਿਆ ਕਿ ਜਿਹੜਾ ਇਹ ਯੂਟਿਊਬਰ ਨੇ ਤੇ ਬਈ ਬੜਾ ਤਬਾਈ ਮਚਾਈ ਹੋਈ ਹੈ ਇੰਨਾ ਕੁਝ ਦਿਖਾ ਰਹੇ ਨੇ ਇੰਨਾ ਕੁਝ ਐਸਾ ਕਰ ਰਹੇ ਨੇ ਕਿ ਉਹ ਜਿਹੜਾ ਨਾ ਕਿਸੇ ਤਰਫ ਬੰਦਾ ਇਸ਼ਰਾਫ ਦੀ ਤਰਫ ਨਹੀਂ ਜਾ ਸਕਦਾ ਬਿਲਕੁਲ ਠੀਕ ਹੈ ਮੈਨੂੰ ਤੇ ਨਾ ਹੀਦ ਮੈਨੂੰ ਉਹਨਰ ਯੂਟਿਊਬਰਸ ਨਾਲ ਕੋਈ ਮਸਲਾ ਨਹੀਂ ਹੈ ਕੋਈ ਉਹ ਕਰਨ ਹਰ ਇੱਕ ਦਾ ਆਪਣਾ ਹੋਵੇ ਲੇਕਿਨ ਤੁਸੀਂ ਮਤਲਬ ਅਗਰ ਤੁਹਾਨੂੰ ਲੋਕ ਦੇਖ ਰਹੇ ਨੇ ਕੋਈ ਅਦਾਕਾਰ ਹੈ ਮਿਸਾਲ ਦੇ ਤੌਰ ਤੇ ਉਹਦੀ ਡਿਜ਼ਾਈਨਿੰਗ ਕੱਪੜਿਆਂ ਦੀ ਦੇਖੀ ਜਾਂਦੀ ਕਿ ਬਈ ਇਹ ਕਪੜੇ ਉਹਨੇ ਪਾਏ ਨੇ ਇਹ ਚੀਜ਼ ਪਾਈਏ ਇਹ हेयर स्टाइल ਬਣਾਇਆ ਵੇ ਇਹ ਕਲਰ ਕੀਤਾ ਇਸ ਤਰ੍ਹਾਂ ਦੀ ਜੁਐਲਰੀ ਪਾਈਏ ਇਹ ਪਰਸ ਫੜਿਆ ਉਹਨੇ ਲੋਕ ਉਹਨਾਂ ਨੂੰ ਕਰਦੇ ਨੇ ਕਾਪੀ ਤੇ ਫਿਰ ਉਹਨਾਂ ਨੂੰ ਚਾਹੀਦਾ ਵੀ ਕਿ ਜ਼ਿੰਦਗੀ ਦੇ ਐਸੇ ਮਾਮਲਿਆਂ ਵਿੱਚ ਕਮਸਕਮ ਸادਗੀਆਂ اختیار ਕਰਨ ਕਿ ਬਹੁਤ ਸਾਰੇ ਘਰਾਂ ਦੀ ਬੱਚੀਆਂ ਬੈਠੀਆਂ ਨੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਉਹਨਾਂ ਦੇ ਇਨਾ ਵਸਾਇਲ ਨਹੀਂ ਨੇ ਮਾਪੇ ਦੇ ਪਰ ਕੋਈ ਇਸ ਤਰ੍ਹਾਂ ਸੋਚਦਾ ਹੀ ਨਹੀਂ ਹਰ ਬੰਦਾ ਕਹਿੰਦਾ ਮੈਂ ਆਪਣੀ ਇੱਕ ਦੁਕਾਨ ਲਾ ਕੇ ਮੈਂ ਚਮਕਦਾਰ ਮੈਂ ਸੋਨਾ ਵਸ ਨਜ਼ਰ ਆਵਾਂ ਮੈਨੂੰ ਕੀ ਕਹਿੰਦੇ ਨੇ ਹੱਕੇ ਮੈਂ ਚਾਹੇ ਜੋ ਮਰਜ਼ੀ ਕਰਾਂ ਦੂਸਰੀਆਂ ਦੇ ਦਿਲ ਟੁੱਟ ਰਹੇ ਨੇ ਕਿਸੇ ਕੋਈ ਕਿਸੇ ਦਾ ਵਸਾਇਲ ਹੈਗੇ ਨੇ ਨਹੀਂ ਨੇ ਮੈਨੂੰ ਕੁਛ ਨਹੀਂ ਮੇਰੀ ਗਰਸ ਮੇਰੀ ਜੈ ਇਹ ਕਿ ਮੈਂ ਆਪਣੀ ਚਮਕਦਬਕ ਤੇ ਖਾਦਵਾ ਕਿ ਇਹ ਵਹੀ ਮੈਂ ਤੇ ਐਡਾ ਜਾ ਇੱਕ ਕਾਫੀ ਪਹਿਲੇ ਪੀਟੀਵੀ ਤੇ ਇੱਕ ਡਰਾਮਾ ਆਇਆ ਸੀ ਉਹ ਚ ਸਰਵਤ ਅਤੀਕ ਨਿਸ਼ਾਨ ਔਰ ਉਸ ਡਰਾਮੇ ਦਾ ਨਾਮ ਤੇ ਭੁੱਲ ਗਈ ਹਾਂ ਉਹ اسی ਮੌਜੂਦੇ ਉੱਪਰ ਜਿਹੜੇ ਤਬੀਲ ਡਰਾਮੇ ਆਂਦੇ ਸਨ ਨਾ ਮੈਂ ਉਸ ਡਰਾਮੇ ਦਾ ਨਾਮ ਭੁੱਲ ਗਈ ਹਾਂ ਲੇਕਿਨ ਅਜ ਤੱਕ ਉਹ ਯਾਦ ਜਿਹੀ ਕਹਾਣੀ ਔਰ ਬੱਚੀ ਥੋੜੀ ਸਾਈਡ ਤੇ ਹੋ ਜਿਵੇਂ ਲੱਗਦਾ ਪਿੱਛੋਂ ਗਾੜੀ ਆ ਰਹੀ ਹੈ ਤੇ ਅ ਦੇਖੋ ਪਿੱਛੋਂ ਥਿਓ ਕਿੰਨਾ ਪਿਆਰਾ ਹੈ ਕਿੰਨਾ ਖੂਬਸੂਰਤ ਥਿਓ ਹੈ ਸਾਰਾ ਦਰਖਤ ਕੱਟੇ ਗਏ ਨੇ ਨਾ ਤੇ ਬੜਾ ਅੱਛਾ ਥਿਓ ਨਿਕਲ ਆਇਆ ਬਈ ਇਸ ਤਰ੍ਹਾਂ ਕੀ ਕਹਿੰਦੇ ਨੇ ਉਹ ਐਸਟ੍ਰੇ ਹੁੰਦਾ ਕਿ ਇੱਕ ਮੁਲਾਜ਼ਮਾ ਹੁੰਦੀ ਉਹਨਾਂ ਦੇ ਘਰ ਚ ਹੈਲਪਲੇ ਹੋਂਦੀ ਏ ਔਰ ਉਹ ਬੜਾ ਅਮੀਰ ਫੈਮਿਲੀ ਦਿਖਾਈ ਗਈ ਸੀ ਪੀਟੀਵੀ ਦੇ ਡਰਾਮੇ ਜ਼ਬਰਦਸਤ ਹੁੰਦੇ ਸਨ ਤੇ ਉਹ ਫਿਰ ਬੱਚੀ ਦੀ ਸ਼ਾਦੀ ਉਹਨਾਂ ਦੀ ਤੈਅ ਹੁੰਦੀ ਏ ਔਰ ਉਹ ਜਿਹੜਾ ਨਾ ਉਹਨੂੰ ਨਾਲ ਲੈ ਕੇ ਜਾਂਦੀ ਉਹ ਅੱਛੀ ਹੁੰਦੀ ਬੱਚੀ ਕਹਿੰਦੀ ਚੱਲ ਤੂੰ ਵੀ ਮੇਰੇ ਨਾਲ ਚੱਲ ਕਿਉਂਕਿ ਉਹਨਾਂ ਦੇ ਘਰ 'ਚ ਹੀ ਰਹਿ ਰਹੀ ਹੁੰਦੀ ਹੈ ਹੈਲਪ ਲਈ ਉਹ ਮਾਂ ਬੇਟੀ ਹੁੰਦੀਆਂ ਨੇ ਮਾਂ ਉਹਦੀ ਟੀਚਰ ਹੁੰਦੀ ਹੈ ਪਰ ਉਹਨਾਂ ਨੇ ਘਰ 'ਚ ਇੱਕ ਜਗ੍ਹਾ ਦਿੱਤੀ ਹੁੰਦੀ ਹੈ ਉਹਨਾਂ ਨੂੰ ਰਹਿਣ ਵਾਸਤੇ ਤੇ ਬੱਚੀ ਉਹਨਾਂ ਦੀ ਹੈਲਪ ਕਰਦੀ ਉਹ ਫਿਰ ਬੱਚੀ ਉਹਨਾਂ ਦੇ ਨਾਲ ਬਾਜ਼ਾਰਾਂ 'ਚ ਜਾਂਦੀ ਏ ਜਦੋਂ ਫਿਰ ਉਹ ਉਹਨਾਂ ਦੇ ਸ਼ਾਪਿੰਗ ਦਾ ਸਟਾਈਲ ਦੇਖਦੀ ਏ ਕਿ ਉਹ 50 50 ਹਜ਼ਾਰ ਦਾ ਜੋੜਾ ਖਰੀਦ ਰਹੇ ਨੇ ਔਰ ਜੁੱਤੀਆਂ ਔਰ ਉਹਦੇ ਲਾਈਫ ਸਟਾਈਲ ਉਹਦੇ ਚ ਬੜਾ ਪਰੇਸ਼ਾਨ ਹੋ ਜਾਂਦੀ ਹੈ ਤੇ ਘਰ ਜਦੋਂ ਆਂਦੀ ਹੈ ਤੇ ਉਹਦੀ ਮਾਂ ਨੇ ਇੱਕ ਟ੍ਰੰਕ ਰੱਖਿਆ ਹੁੰਦਾ ਵੇ ਉਹਦੇ ਵਿੱਚ ਉਸ ਕਪੜੇ ਹੁੰਦੇ ਨੇ ਤਾਂ ਛੋਟਾ ਮੋਟਾ ਮਾਂ ਨੇ ਬਚਾ ਬਚੂ ਕੇ ਕਮੇਟੀਆਂ ਪਾ ਕੇ ਕੋਈ ਥੋੜਾ ਜਿਹਾ ਰੱਖਿਆ ਹੁੰਦਾ ਤੇ ਵਾਸਤੇ ਸਮਾਨ ਇੱਕ ਟਰੰਕ ਮਾਂ ਨੂੰ ਬੜੇ ਤਾਲੇ ਲਾਂਦੀ ਉਹ ਜਦੋਂ ਫਿਰ ਬਾਹਰ ਦੇ ਉਹ ਦੇਖ ਕੇ ਆਂਦੀ ਉਹ ਬੱਚੀ نفسیاتی ਤੌਰ ਤੇ ਇਸ ਤਰ੍ਹਾਂ ਹੋ ਜਾਂਦੀ ਏ ਉਹ ਬੜਾ ਅੱਛਾ ਡਰਾਮਾ ਸੀ ਕਿ ਉਹ ਕਹਿੰਦੀ ਮਾਂ ਤੂੰ ਇਹ ਚੀਜ਼ਾਂ ਪੇ ਮੇਰੇ ਵਾਸਤੇ ਸੰਭਾਲ ਲਈ ਇਹਨਾਂ ਚੀਜ਼ਾਂ ਦੀ ਹਿਫਾਜ਼ਤਾਂ ਪੇ ਕਰਦੀ ਏ ਉਹ ਕਹਿੰਦੀ ਬੇਟਾ ਮੈਂ ਇਹ ਬੜੀ ਮਿਹਨਤ ਨਾਲ ਤੇਰੇ ਵਾਸਤੇ ਜੋੜੇ ਬਣਾਏ ਨੇ ਬੜੀ ਮਿਹਨਤ ਨਾਲ ਤੇਰੇ ਵਾਸਤੇ ਚੀਜ਼ਾਂ ਖਰੀਦੀਆਂ ਨੇ ਉਹ ਕਹਿੰਦੀ ਕਿ ਤੂੰ ਜਾ ਕੇ ਦੇਖ ਤੇ ਸਹੀ ਮਾਂ ਨੂੰ ਕਹਿੰਦੀ ਦੁਨੀਆ ਚ ਕੀ ਹੋ ਰਿਹਾ ਫਿਰ ਇਸ ਤਰ੍ਹਾਂ ਉਹ ਬੱਚੀ ਉਹਨਾਂ ਦਾ ਦੇਖ ਦੇਖ ਕੇ ਕਰ ਕਰ ਕੇ ਇੱਕ نفسیاتی ਮਰੀਜ਼ ਬਣ ਜਾਂਦੀ ਹੈ ਆਖਰ ਉਹਦੀ ਜਾਨ ਚਲੀ ਜਾਂਦੀ ਇਸ ਚੱਕਰ ਚ ਪਾ ਉਹ ਹੋ ਜਾਂਦੀ ਹੈ ਤੇ ਫਿਰ ਉਹਦੀ ਮਾਂ ਜਾਂਦੀ ਹੈ ਪੁਲਿਸ ਸਟੇਸ਼ਨ ਤੇ ਉਹ ਕਹਿੰਦੀ ਹੈ ਕਿ ਮੈਂ ਮੁਕੱਦਮਾ ਦਰਜ ਕਰੋ ਕਿ ਮੇਰੀ ਧੀ ਜਿਹੜੀ ਹੈ ਨਾ ਇਹਨਾਂ ਦੇ ਇੱਕ ਮੈਂ ਕਿਹ ਕਿਹ ਦੇ ਕੋ ਜਾਵਾਂ ਮੈਂ ਕਿਹ ਦੇ ਕੋ ਇਨਸਾਫ ਮੰਗਾ ਉਨਾ ਦਿਲ ਨੂੰ ਛੂਹ ਲੈਣ ਵਾਲਾ ਡਰਾਮਾ ਸੀ ਕਿ ਮਾਂ ਦੀ ਬੇਟੀ ਚਲੀ ਜਾਂਦੀ ਏ ਲੇਕਿਨ ਬੇਟੀ ਕਿਸ ਤਰ੍ਹਾਂ ਜਾਂਦੀ ਏ ਕਿ ਉਹ ਇਹ ਮਾਸ਼ੇ ਦੀਆਂ ਚੀਜ਼ਾਂ ਦੇਖਦੇ ਕਿ ਆਪਣੇ ਮਾਈਗੀ ਦਾ ਅਹਿਸਾਸ ਹੁੰਦਾ ਉਹਨੂੰ ਹੱਥ ਤੋਂ ਜ਼ਿਆਦਾ ਤੇ ਉਹ ਫਿਰ ਹਰ ਕੋਈ ਤੇ ਇੰਨਾ سنجیدہ ਜਾਂ ਬਹੁਤ ਅੱਛਾ ਨਹੀਂ ਹੋ ਸਕਦਾ ਨਾ ਕਿਸੇ ਦਾ ਦਿਲ ਕਿਸ ਤਰ੍ਹਾਂ ਦਾ ਹੁੰਦਾ ਹੈ ਕੋਈ ਕਿਸ ਤਰ੍ਹਾਂ ਹੁੰਦਾ ਹੈ ਲੋਕ نفسیاتی ਮਸਾਇਲ ਦਾ ਸ਼ਿਕਾਰ ਹੋ ਜਾਂਦੇ ਨੇ ਲੇਕਿਨ ਇੱਥੇ ਕੋਈ ਸਮਝ ਹੀ ਨਹੀਂ ਇੱਥੇ ਜਦੋਂ ਅਮਾਰਤ ਇਹਨਾਂ ਬਸ ਅਮਾਰਤ ਦਿਖਾਈ ਜਾ ਰਿਹਾ ਦੇਖੋ ਤੁਹਾਡਾ ਲਾਈਫ ਸਟਾਈਲ ਨਜ਼ਰ ਆਂਦਾ ਵੇ ਮੈਂ ਅਗਰ ਹੁਣ ਇਸ ਘਰ ਚ ਰਹਿ ਰਹੀ ਆ ਬਸ ਇੰਨਾ ਕਿ ਮੇਰਾ ਲਾਈਫ ਸਟਾਈਲ ਹੈ ਤੁਹਾਨੂੰ ਨਜ਼ਰ ਆਂਦਾ ਵੇ ਮੈਂ ਕੀ ਬਕਾਨੀ ਆ ਕੀ ਖਾਨੀ ਆ ਕਿਸ ਤਰ੍ਹਾਂ ਪਾਨੀ ਆ ਇੰਨਾ ਤੇ ਠੀਕ ਹੈ ਕਿ ਤੋ ਉਹ ਜਾਰੇ ਤੁਸੀਂ ਜੋ ਦਿਖਾ ਰਹੇ ਹੋ ਆਪਣੇ ਲੇਕਿਨ ਤੁਸੀਂ ਇੰਨਾ ਜ਼ਿਆਦਾ ਜਦੋਂ ਚੀਜ਼ਾਂ ਦਿਖਾ ਦਿੱਤੀਆਂ ਜਾਂਦੀਆਂ ਨੇ ਨਾ ਫਿਰ ਉਹ ਬਹੁਤ ਜ਼ਿਆਦਾ ਸਮਾਜ ਵਿੱਚ ਬਿਗਾੜ ਪੈਦਾ ਹੁੰਦੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਫਿਰ ਉਹ ਗਲਤ ਤਰਫ ਜਾਂਦੇ ਨੇ ਔਰ ਗਲਤ ਚੀਜ਼ਾਂ ਨੂੰ ਫਿਰ ਨਾ ਉਹ ਕਰਦੇ ਨੇ ਅ ਅਪਣਾਉਂਦੇ ਨੇ ਕੁਝ نفسیاتی ਮਸਾਇਲ ਦਾ ਸ਼ਿਕਾਰ ਹੋ ਜਾਂਦੇ ਨੇ ਸਾਡੇ ਦੇਖੋ ਮਿਲਕ ਵਿੱਚ ਕਿੰਨੀਆਂ ਬੱਚੀਆਂ ਨੇ ਬੈਠੀਆਂ ਹੋਈਆਂ ਜਿਹੜੀਆਂ ਕੀ ਕਹਿੰਦੇ ਨੇ ਅ ਸ਼ਾਦੀ ਦੇ ਇੰਤਜ਼ਾਰ 'ਚ ਨਹੀਂ ਲੇਕਿਨ ਮਾਪੇ ਕੋ ਇਸਤਤਾਦ ਨਹੀਂ ਅੱਛੀਆਂ-ਅੱਛੀਆਂ ਬੱਚੀਆਂ ਬੈਠੀਆਂ ਨੇ ਕੁਝ ਜਹੀਜ਼ ਉਹਨਾਂ ਨੂੰ ਦੇਣ ਜਾਂ ਉਹਨਾਂ ਦੇ ਉਸ ਤਰ੍ਹਾਂ ਸ਼ਾਦੀਆਂ ਉਸ ਲੈਵਲ ਤੇ ਜਾ ਕੇ ਕਰਨ ਕੇ ਜਿਹੜਾ ਕਿ ਕਹਿੰਦੇ ਨੇ بڑے ਲੋਕ ਕਰਦੇ ਨੇ ਤੇ ਅੱਜ ਨਮਾਇਸ਼ ਬਹੁਤ ਜ਼ਿਆਦਾ ਹੋਵੇ ਨਾਹੀਂ ਤੁਸੀਂ ਸਹੀ ਲਿਖਿਆ ਕਿ ਨਮਾਇਸ਼ ਬਹੁਤ ਜ਼ਿਆਦਾ ਹੋਵੇ ਕਿ ਦੂਸਰ ਦਾ ਅਹਿਸਾਸ ਨਹੀਂ ਹੈ ਸਾਨੂੰ ਕਿ ਦੂਸਰਾ ਇਸ ਚੀਜ਼ ਵਿੱਚ ਕਿਸ ਤਰ੍ਹਾਂ ਹੋਏਗਾ ਲੇਕਿਨ ਤੁਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਹੋ ਜੇ ਤੁਸੀਂ ਕਿਸੇ ਨੂੰ ਕਹਿੰਦੇ ਹੋ ਨਾ ਆਪਣੇ ਸਕੇ ਭੈਣ ਭਰਾ ਨੂੰ ਵੀ ਕਹੋ ਨਾ ਕਿ ਤੁਸੀਂ ਸਾਦਗੀ ਇਖਤਿਆਰ ਕਰ ਲਓ ਤੇ ਲੋਕ ਕਹਿਣਗੇ ਲੋ ਜੀ ਸਾਡੇ ਬੱਚਿਆਂ ਦੀ ਵਾਰੀ ਆਈਏ ਤੇ ਹੁਣ ਸਾਦਗੀ ਦਾ ਦਰਸਪੇ ਦੇ ਹੁੰਦੇ ਨੇ ਤੇ ਅਸੀਂ ਕਿਉਂ ਕਰੀਏ ਸਾਦਗੀ ਇਸ ਤਰ੍ਹਾਂ ਅੱਜ ਕੱਲ ਜ਼ਬਾਨਾਂ ਨਹੀਂ ਹੈ ਅੱਜ ਕੱਲ ਤੇ ਆਈਏ ਕਿ ਬਸ ਜੋ ਜਿਸ ਦਾ ਕਰ ਰਿਹਾ ਬਸ ਉਹਨੂੰ ਕਰਨ ਦੋ ਤੇ ਚੁੱਪ ਕਰ ਜਾ ਦਰ ਬੱਟ ਜਾ ਜ਼ਬਾਨ ਇਸ਼ਕ ਦਾ ਫੁੱਲ ਫੁਲਾਸਾ ਤੇ ਇਸ ਤਰ੍ਹਾਂ ਹੀ ਹੁੰਦਾ ਵੀ ਤੇ ਚਲੋ ਜੀ ਮੈਂ ਦੇਖਾਂ ਆਲੂ ਜੜੇ ਰੱਖ ਕੇ ਆਈ ਸੀ ਨਾ ਉਹਵੇਂ ਸੜ ਕੇ ਸੁਆਹ ਹੋ ਗਏ ਹੁਣ ਮੇਰੇ ਜਾ ਕੇ ਉਹਨਾਂ ਦੇਖਾਂ ਹੋਏ ਹਏ ਵਾਕਈ ਮੈਨੂੰ ਯਾਦ ਹੀ ਨਹੀਂ ਰਿਹਾ ਬਾਬਾ ਗੱਲ ਚਲੀ ਗਈ ਮੈਂ ਜੇ ਪਸੀਨਾ ਪਸੀਨ ਹੋ ਗਈਆਂ ਤੇ ਕੋਈ ਨਹੀਂ ਬਈ ਚੰਗਾ ਪਿਆ ਲੱਗਦਾ ਵੇ ਕਿ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਤੜ ਜਾਣਾ ਵੇ ਤੇ ਬਾਕੀ ਨਸੀਮਾ ਢਾਰ ਦਾ ਵੀ ਕਮੈਂਟ ਆਇਆ ਔਰ ਤੁਹਾਡੇ ਸਾਰਿਆਂ ਦੇ ਤੁਸੀਂ ਸਾਰਿਆਂ ਨੇ ਬੜਾ ਪਸੰਦ ਕੀਤਾ ਉਹ ਮੈਂ ਕਰ ਦੇਈਆਂ ਇਸ਼ਫਾਕ ਦਾ ਵੀ ਕਮੈਂਟ ਆਇਆ ਲਾਇਬਾ ਦਾ ਇਰਹਾ ਦਾ ਸਭ ਦੇ ਆਏ ਨੇ ਕਮੈਂਟ ਪਰ ਮੈਂ ਹੁਣ ਅੱਜ ਟੈਬਲੇਟ ਨਹੀਂ ਲੈ ਕੇ ਬੈਠੀ ਆ ਤੇ ਅਸੀਂ ਓਵਰ ਆਲ ਇੱਕ ਗੱਲ ਕਰ ਲਈਏ ਤੇ ਮੈਂ ਅੰਦਰ ਜਾ ਕੇ ਓਏ ਹੋਏ ਆਲੂ ਤਾਂ ਦੇਖਾਂ ਉਹ ਭਾਵੇਂ ਸੜ ਕੇ ਸੁਆਹ ਹੋ ਗਏ ਮੈਨੂੰ ਤਾਂ ਯਾਦ ਹੀ ਨਹੀਂ ਰਿਹਾ ਮੈਂ ਤਾਂ ਖਾਸਾ ਅੱਗੇ ਚਲੀ ਗਈ ਸਭ ਓਏ ਹੋਏ खुशबूं नहीं सड़द सड़ गए सड़ गए सड़ गए जल्दी जल्दी मैं अंदर आई भैया थोड़े से नीचे लाग ही गए हल्के शुक्र है बचत हो गई है बहुत ज्यादा नहीं लगे पर सब इतना ਤੋ ਕੋਈ ਗੱਲ ਨਹੀਂ ਬਈ ਹੁਣ ਕੀ ਕਰੀਏ ਹੁਣ ਮੈਂ ਚਲੀ ਗਈ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਮੈਂ ਆਲੂ ਰੱਖ ਕੇ ਆਈ ਆ ਅੱਗੇ ਚਲਦੀ ਚਲਦੀ ਚਲੀ ਗਈ ਤੇ ਲੋ ਬਈ ਇਹ ਸੋਣੇ ਸੋਣੇ ਆਲੂ ਬਚਪਨ ਦੀ ਯਾਦ ਇਸ ਤਰ੍ਹਾਂ ਸੀ ਨਾ ਇਹ ਤੇ ਅੱਜ ਥੋੜੇ ਜਿ ਹੋ ਗਏ ਨੇ ਲੇਕਿਨ ਖੋਈ ਨਹੀਂ ਐਸੇ ਚਲੇਗਾ ਛਿਲਕੇ ਨਹੀਂ ਲਾਣੇ ਛੋਟੇ ਛੋਟੇ ਜਿਹੜੇ ਨਾ ਇਸ ਤਰ੍ਹਾਂ ਫੇਰ ਅਸੀਂ ਕਰਕੇ ਇਹ ਅਸੀਂ ਬਚਪਨ 'ਚ ਖਾਣੇ ਹੁੰਨੇ ਸਭ ਸਾਰਿਆਂ ਨੇ ਬੈਹਿਣਾ ਤੇ ਆਲੂ ਨਰੇ ਆਲੂ ਖਾਣੇ ਦੱਸੋ कि कि जमाने सन के बच्चे इस तरह आलू खा के खुश हो जाते होंगे सर वो मैं पसी पसीना बड़ा हैदराबाद मैं रही बच्चे भी आलू बहुत खाते मैं डेली आलू ली हूँ सी एक दिन सब्जी वाला मेनु कह लगा कि बाजी आप इतने आलू को करती क्या है ਤੇ ਆਹ ਪਿੱਛੇ ਰੋਜ਼ ਆਲੂ ਲੇਤੀ ਹੈ ਰੋਜ਼ ਆਲੂ ਲੇਤੀ ਹੈ ਮਹਿਮੂਦ ਹੁੰਦਾ ਸੀ ਉਹਦਾ ਨਾਂ ਸਬਜ਼ੀ ਵਾਲ ਦਾ ਤੇ ਮੈਂ ਕਹਿੰਦਾ ਵੀ ਖਾਣੇ ਆ ਹੋਰ ਕੀ ਕਰਨੇ ਤੁਸੀਂ ਤੈਨੂੰ ਸਾਡੇ ਖੁਲੀਆਂ ਤੋਂ ਨਜ਼ਰ ਨਹੀਂ ਆਂਦਾ ਕਿ ਆਲੂ ਕੀ ਕੀ ਕਰਨੇ ਅਸੀਂ ਉਹ ਖਾਣੇ ਆ ਆਲੂਆਂ ਨੂੰ ਤੇ ਆਲੂ ਜਿਹੜੇ ਨੇ ਨਾ ਵੈਸੇ ਵੀ ਬੜੀ ਕੋਈ ਕਹਿੰਦੇ ਨੇ ਆਲਮੀ ਸਤਾਦੇ ਸ਼ੋਰਤ ਰੱਖਦੇ ਨੇ ਆਲਮੀ ਸ਼ੋਰਤ ਰੱਖਦੇ ਆ ਆਲੂ ਜਿਹੜੇ ਨੇ ਪਰ ਇਹ ਵੀ ਕਿ ਹਰ ਚੀਜ਼ ਨਾ ਫਿੱਟ ਵੀ ਹੋ ਜਾਂਦੇ ਨੇ ਤੇ ਆਲੂ گوشਤ ਆਲੂ ਕੀਮਾ ਆਲੂ ਬੈਂਗਨ ਤੇ ਆਲੂ ਜਿਸ ਸ਼ੈਰ ਮਟਰ ਤੇ ਉਹ ਸੈਟ ਕਰ ਲੋ ਉਹ ਸੈਟ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਫਿਰ ਉਹ ਸਾਦੇ ਆਲੂ ਭਕਾ ਲਓ ਤੇ ਆਲੂ ਤਾਂ ਵੀ ਬੜੇ ਨੇ ਤੇ ਮੇਰੇ ਵੀ ਅਸੀਂ ਬਚਪਨ ਚ ਆਲੂ ਬਹੁਤ ਖਾਦੇ ਨੇ ਕਿਉਂਕਿ ਐਸੀ ਚੀਜ਼ ਹੁੰਦੀ ਸੀ ਨਾ ਕਿ ਘਾਰ ਚੱਲੇ ਆ ਕੇ ਚਲੋ ਟਾਈਮ ਬਟ ਟਾਈਮ ਰੱਖ ਦਿੱਤੀ ਜਾਂਦੀ ਸੀ ਕਿਉਂਕਿ ਇੰਨੀਆਂ ਦੁਕਾਨਾਂ ਨਹੀਂ ਹੁੰਦੀਆਂ ਸਨ ਤੇ ਫਿਰ ਅੱਬੂ ਨੇ ਆਲੂ ਲਿਆ ਕੇ ਰੱਖ ਦੇਣੇ ਕਿ ਚਲੋ ਵੀ ਜਿਸ ਦਿਨ ਬਾਜ਼ਾਰ ਜਾਣ ਦਾ ਟਾਈਮ ਨਹੀਂ ਸਬਜ਼ੀ ਨਹੀਂ ਹੈ ਸੁਰਸਰ ਜਾਣਾ ਪੈਂਦਾ ਸੀ ਫਿਰ ਆਪਣਾ ਘਰਾਂ ਦੇ ਕੰਮ ਵੀ ਕਰਨੇ ਤੇ ਬੱਚੇ ਸਕੂਲ ਗਏ ਹੁੰਦੇ ਸਨ ਬੰਦੇ ਕੰਮਾਂ ਤੇ ਤੇ ਫਿਰ ਦੂਰ ਹੁੰਦੇ ਸਨ ਬਾਜ਼ਾਰ ਤੇ ਫਿਰ ਆਲੂ ਹੀ ਲਿਆ ਕੇ ਰੱਖੇ ਜਾਂਦੇ ਸਨ ਆਲੂ ਅੰਡੇ ਬਣਾ ਲਓ ਕਦੀ ਸੁੱਕੇ ਆਲੂ ਭੋਲੋ ਕਦੀ ਸ਼ੋਰੇ ਵਾਲੇ ਬਣਾ ਲਓ ਬੈਨ ਤੁਹਾਡੀ ਮਰਜ਼ੀ ਹੈ ਲੇਕਿਨ ਪਕੜੇ ਆਲੂ ਹੀ ਨੇ ਤੇ ਇਸ ਤਰ੍ਹਾਂ ਬੱਚੇ ਬੜੇ ਸ਼ੌਕ ਨਾਲ ਖਾ ਲੈਂਦੇ ਹੁੰਦੇ ਸਨ ਸਾਡੇ ਵੀ ਜ਼ਿਆਦਾਤਰ ਅਕਸਰ ਰਾਤ ਨੂੰ ਇਸ ਤਰ੍ਹਾਂ ਜਿਵੇਂ ਅੰਮੀ ਦਾ ਟਾਈਮ ਨਹੀਂ ਲੱਗਿਆ ਬਾਜ਼ਾਰ ਜਾਣ ਦਾ ਨਹੀਂ ਜਾ ਸਕੇ ਕੰਮ 'ਚ ਤੇ ਫਿਰ ਆਲੂ ਪੱਕ ਜਾਂਦੇ ਉਹਨਾਂ ਦੇਸਾਂ ਤੇ ਆਲੂ ਬਹੁਤ ਖਾਦੇ ਨੇ ਇਸ ਤਰ੍ਹਾਂ ਦੇ ਵੀ ਬਣਾ ਕੇ ਅਸੀਂ ਸਰਦੀਆਂ ਦਾ ਇੰਤਜ਼ਾਰ ਕਰਦੇ ਹੁੰਨੇ ਸੀ ਕਿ ਸਰਦੀਆਂ ਆ ਜਾਣ ਤੇ ਫਿਰ ਆਲੂ ਬਣਾ ਕੇ ਖਾਈਏ ਸਰਦੀਆਂ ਆਂਦੀਆਂ ਨੇ ਤੇ ਸ਼ਕਰਕੰਦੀ ਵੀ ਬੜੀ ਖਾਦੀ ਜਾਂਦੀ ਹੈ ਤੇ ਮੈਨੂੰ ਬੜੀ ਪਸੰਦ ਹੈ ਸ਼ਕਰਕੰਦੀ ਹੁਣ ਪਾਕਿਸਤਾਨ ਜਾਣਾ ਹੈ ਨਾ ਤੇ ਮੈਂ ਪਹਿਲੀ ਫੁਰਸਤ ਵਿੱਚ ਸ਼ਕਰਗੱਦੀ ਖਾਣੀ ਹੈ ਮੈਨੂੰ ਬੜੀ ਪਸੰਦ ਹੈ ਕਿਉਂਕਿ ਸਿ ਬਚਪਨ ਚ ਇਹ ਚੀਜ਼ਾਂ ਬਹੁਤ ਖਾਦੀਆਂ ਨੇ ਤੇ ਚਲੋ ਜੀ ਹੁਣ ਤੁਸੀਂ ਮੈਨੂੰ ਦਵੋ ਇਜਾਜ਼ਤ ਅੱਜ ਤਾਂ ਖਾਸੀ ਲੰਬੀ ਸਾਡੀ ਗੱਪਸ਼ਪ ਹੋ ਗਈ ਹੈ ਤੇ ਤੇ ਮੈਂ ਅੰਦਰ ਕੋ ਠੰਡਾ ਸੈਤ ਹੋ ਹੀ ਗਿਆ ਮੈਂ ਤੁਹਾਨੂੰ ਥੋੜਾ ਜਿਹਾ ਖਾ ਕੇ ਵੀ ਦਿਖਾ ਦਵਾਂ ਆਲੂ ਮਟਰ ਪਕਾਏ ਹੋਏ ਨੇ ਆਲੂ ਮਟਰ ਪਕਾਏ ਹੋਏ ਨੇ ਸਾਡੇ ਨਾਲੋਂ ਬਟੜ ਚੰਗੇ ਜਿਹੜੇ ਸੀਨੇ ਨਾਲ ਲਾਏ ਹੋਏ ਨੇ ਸਾਡੇ ਨਾਲੋਂ ਬਟੜ ਚੰਗੇ ਜਿਹੜੇ ਸੀਨੇ ਨਾਲ ਲਾਏ ਹੋਏ ਨੇ ਸਤ ਮੰਜੀ ਅ ਮਟਪ ਆਈਆਂ ਸਤ ਮੰਜੀ ਅ ਮਟਪ ਹੂੰ ਬੜੇ ਮਤਲਬ ਕੋਈ ਐਸੀ ਡਿਸ਼ ਨਹੀਂ ਹੈ ਕਿ ਤੁਸੀਂ ਕਹੋਗੇ ਪਤਾ ਨਹੀਂ ਕੀ ਸ਼ਾਇਰ ਨੇ ਬਣਾ ਲਈਏ ਐਸਾ ਨਹੀਂ ਹੈ ਬਸ ਬਚਪਨ ਜਿਸ ਤਰ੍ਹਾਂ ਜਿਸੀ ਸੁਧੇ ਸੁਧੇ ਲੋਗ ਹੁੰਦੇ ਸਨ ਮੌਂਪੇ ਚੀਜ਼ دستیاب ਨਹੀਂ ਹੁੰਦੀ ਸੀ ਤੇ ਇਸ ਤਰ੍ਹਾਂ ਆਲੂ ਭੁੰਨ ਕੇ ਨਵੇਂ ਆਲੂ ਆਣੇ ਖਾਸ ਤੌਰ ਤੇ रेसा तो भुन के बह सा आल के सारे आले दुआले आलू खाई जाने छिलके सफेद खाने होंने और देख लो जी मजे मजेद सड़े सड़े आलू मेरे और इस तरह दिखा देव ना तो ज्यादा चंगा थोड़ा तो जहा भरम रह जाएगा मेरा केक बड़े चंगे ने बनाए ने लोग इस करके दखा नहीं है ਐ ਦੇਖ ਲੋ ਆਲੂ ਜ਼ਬਰਦਸਤ ਭੜੇ ਨੇ ਤੇ ਇਹ ਵੀ ਕਿ ਹਲਕੇ ਜਿਹੇ ਚੱਕ ਪੱਟੇ ਜੇ ਤੁਸੀਂ ਖਾਓ ਨਾ ਜਿਹਦੇ ਵਿੱਚ ਤੇ ਇਸਾ ਬੜਾ ਮਜ਼ਾ ਆਂਦਾ ਵੇ ਹੂੰ ਤੇ ਚਲੋ ਜੀ ਹੁਣ ਮੈਨੂੰ ਦਵੋ ਇਜਾਜ਼ਤ ਬੱਸ ਬੰਨਿਆ ਕੁਝ ਆਤਾ ਹਲਵ ਪਖਤਾਨੇ ਕਿ ਰੋਟੀ ਖਾ ਕੇ ਉਂਗਲਾਂ ਛਟੜੀਆਂ ਨੇ ਤੇ ਉਂਗਲ ਜ਼ਰੂਰ ਛਟੜੀ ਚਾਹੀਦੀ ਹੈ ਰੋਟੀ ਖਾ ਕੇ ਰੋਟੀ ਕੋਸ਼ਿਸ਼ ਕਰੋ ਖਾਣਾ ਤੁਸੀਂ ਹੱਥ ਨਾਲ ਖਾਓ ਚੌਲ ਵੀ ਖਾਣੇ ਨੇ ਹੱਥ ਨਾਲ ਖਾਓ ਉਸ ਤੋਂ ਬਾਅਦ ਆਪਣੇ ਜਿਹੜੇ ਨਾ ਹੱਥ ਵਿੱਚ ਉਂਗਲਾ ਜ਼ਰੂਰ ਛੱਟੋ ਇਹ ਜ਼ਰੂਰ ਕਿ ਕਹਿੰਦੇ ਨੇ ਕਰਨਾ ਚਾਹੀਦਾ ਮੇਰੀ ਐਸੀ ਆਦਤ ਪੜੀ ਹੋਈ ਏ ਕਿ ਮੈਂ ਜ਼ਰੂਰ ਛੱਡਨੀ ਹੈ ਕਿ ਸੇ ਮਹਿਫਲ ਚ ਜਾਵੋ ਨਾ ਫਿਰ ਬੜਾ ਅਜੀਬ ਲੱਗਦਾ ਫਿਰ ਟਿਸ਼ੂ ਦੇ ਨਾਲ ਹੱਥ ਸਾਫ਼ ਕਰੋ ਇਹ ਕਰੋ ਅਸੀਂ ਮਤਲਬ ਉਸ ਤਰ੍ਹਾਂ ਜਿਹੜਾ ਖਾਓ ਨਾ ਆਪਣਾ ਹੱਥ ਦੇ ਨਾਲ ਖਾਣਾ ਤੇ ਬਹੁਤ ਜ਼ਬਰਦਸਤ ਏ ਉਹ ਦੇਸੀ ਤਰੀਕਾ ਯਾ ਕਹ ਲੋ ਜਿਹੜਾ ਕੁਦਰਤੀ ਤਰੀਕਾ ਵੇ ਨੇਚਰਲ ਜਿਹੜਾ ਵੇ ਨਾ ਉਸ ਤਰ੍ਹਾਂ ਤੁਸੀਂ ਰਹਿੰਦੇ ਹੋ ਖਾਂਦੇ ਪੀਂਦੇ ਹੋ ਉਹ ਜ਼ਿਆਦਾ ਅੱਛਾ ਰਹਿੰਦਾ ਜਿੰਨੀ ਤੁਸੀਂ ਆਪਣੀ ਜ਼ਿੰਦਗੀ ਚ ਬਨਾਵਟਾਂ ਲੈਣਦੇ ਹੋ ਨਾ ਉਹ ਤੁਹਾਡੇ ਵਾਸਤੇ ਪਰੇਸ਼ਾਨੀਆਂ ਹੀ ਹੁੰਦੀਆਂ ਸਾਦਾ ਤਰਜ਼ੇ ਜ਼ਿੰਦਗੀ ਸਭ ਤੋਂ ਬੈਸਟ ਹੁੰਦਾ ਵੇ ਕਿ ਤੁਹਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੁੰਦੀ ਪਹਿਲੇ ਜ਼ਮਾਨੇ ਚ ਲੋਕ ਆ ਕੇ ਤੇ ਬਾਦ ਲੋ ਉਂਗਲਾ ਚਟਕੇ ਤੇ ਸ਼ਹਿਰ ਸਾਹਿਬ ਕਪੜਿਆਂ ਨਾਲ ਹੀ ਹੱਥ ਸਾਫ਼ ਕਰ ਲੈਂਦੇ ਹੁੰਦੇ ਸਭ ਅੱਡਾਲਾ ਫੈਰਸਲਾ ਜੇ ਕੋਈ ਨਹੀਂ ਹੁੰਦਾ ਸੀ ਤੇ ਚਲੋ ਜੀ ਠੀਕ ਹੈ ਬਸ਼ਵਰੇ ਦੇ ਤੁਹਾਨੂੰ ਮੈਂ ਦਿੰਦੀ ਰਹਿਣੀ ਆ ਹੁਣ ਲਾ ਕਰੇ ਤੁਸੀਂ ਉਹ ਤੇ ਅਮਲ ਵੀ ਕਰੋ ਤੇ ਮੈਨੂੰ ਛੋਟੇ ਛੋਟੇ ਕਮੈਂਟ ਜ਼ਰੂਰ ਕਰਿਓ ਕਿਸੇ ਦਾ ਮੈਂ ਨਾ ਪੁੱਲ ਗਈ ਹਾਂ ਕਿ ਕਿ ਅੱਜ ਮੈਂ ਟੈਬਲੇਟ ਲੈ ਕੇ ਨਹੀਂ ਬੈਠੀ ਸਭ ਤੇ ਨਸੀਮਾ ਢਾਰ ਔਰ ਜਿਹਨੇ ਮੇਰੇ ਦੋਸਤਾਂ ਨੇ ਸਭ ਨੇ ਕਿਹ ਤਰ੍ਹਾਂ ਸ਼ਮਾ ਦਾ ਆਇਆ ਸੀ ਕਿ ਸ਼ਮਾ ਨੇ ਟੀ ਦੇ ਹਵਾਲੇ ਨਾਲ ਕਿਹਾ ਕਿ ਤੁਸੀਂ ਇਹਦੇ ਵਿੱਚ ਅਗਰ ਲਿੰਮੂ ਪਾ ਲਵੋ ਤੇ ਉਹ ਲਾਈਮ ਪਾ ਲਵੋ ਨਾ ਤੇ ਦਾ ਕਲਰ ਪਿੰਕ ਹੋ ਜਾਏਗਾ ਬੜਾ ਸੋਹਣਾ ਪਿੰਕ ਕਲਰ ਹੋਏਗਾ ਬੜੀ ਚੰਗੀ ਉਹਨਾਂ ਨੂੰ ਵੀ ਲੱਗੀ ਚਾਹ ਤੇ ਸ਼ਬੀਰ हुसैन ਸਾਹਿਬ ਨੇ ਵੀ ਕਿਹਾ ਕਿ ਦਾ ਚਾਰ ਪੰਜ ਦਫਾ ਪੀਓਗੇ ਨਾ ਫਿਰ ਮਜ਼ਾ ਆੜਾ ਜੀ ਇਸ ਚਾਹ ਦਾ ਤੇ ਇਸ ਤਰ੍ਹਾਂ ਤੁਹਾਡੇ ਸਾਰਿਆਂ ਦੇ ਕਮੈਂਟ ਨੇ ਓਵਰ ਆਲ ਮੈਂ ਸਾਰਿਆਂ ਨੂੰ ਜਵਾਬ ਦੇ ਦਿੱਤਾ ਹੈ ਇਸ਼faq ਨੂੰ ਵੀ ਦੇ ਦੇਣੀ ਆ ਤੇ ਬਾਕੀ ਫਿਰ ਇਨਸ਼ਾਅੱਲਾ ਕੱਲ ਅਸੀਂ ਟੈਬਲੇਟ ਲੈ ਕੇ ਬੈਠਾਂਗੇ ਅੱਜ ਜਿਹੜੇ ਤੁਸੀਂ ਕਮੈਂਟ ਕਰੋਗੇ ਤੇ ਅਸੀਂ ਫਿਰ ਉਸ ਹਵਾਲੇ ਦੇ ਨਾਲ ਕੰਮ ਕਰਾਂਗੇ ਫਿਰ ਮਿਲਦੇ ਆਂ ਅੱਲਾਹ ਹਾਫਿਜ਼ ਤੇ ਰੱਬ ਰੱਖਾ